अस्सलाम वालेकुम जी, क्या हाल है? ठीक ठाक हो? सुने रब अगे दुआ है कि दुनिया की जिस जिस कोने च बस दियो पे मेरा रब सोना तुहानू खैर वफीत ना रखे, अपना और अपने अजीजों का रब, अपने सजना दोस्तों अपने प्यारियां दा खास ख्याल रखिया करो। ऐदा ना जिंदगी है। मैं जनाब चौधरी बशीर, पिंड बासरियां तहसील खारियां जिला गुजरात ना तलक है मेरा, इस वेले सऊदी अरब रियाद च बैठे हाँ। ठीक है जी, ए गल सुने भाईरों दी। ਨਕਲ ਕਫਾਲਾ ਕੰਪਨੀ ਕੋਲ ਵਾਪਸ ਲੈਣਾ ਵੇ ਤੇ ਸਾਲ ਦਾ ਐਗਰੀਮੈਂਟ ਮੇਰਾ ਖਤਮ ਹੋ ਗਿਆ, ਦੋ ਕੁ ਮਹੀਨੇ ਰਹਿ ਗਏ ਨੇ। ਇਹ ਵੀ ਦੱਸੋ ਕਿ ਮੈਂ ਉਹ ਹੋ ਸਕਦਾ ਵੇ ਤੇ ਮਤਲਬ ਮੈਨੂੰ ਦੱਸੋ ਕੋਈ ਕੀਵਾ ਦੇ ਜੇ ਮੇਰਾ ਐਗਰੀਮੈਂਟ ਸੀ ਨਾ ਕੀਵਾ ਦੇ ਵਿੱਚ ਉਹ ਸਾਲ ਦਾ ਹੈ ਤੇ ਸਾਲ ਮੈਨੂੰ ਜਿਹੜਾ ਨਾ ਅਪ੍ਰੈਲ ਨੂੰ 15 ਅਪ੍ਰੈਲ ਨੂੰ ਮੇਰਾ ਖਤਮ ਹੋ ਜਾਣਾ ਵੇ ਤੇ ਮੈਂ ਐਗਰੀਮੈਂਟ ਖਤਮ ਹੁੰਦਾ ਤੇ ਮੈਂ ਨਕਲ ਕਫਾਲਾ ਆਪਣਾ ਜਿਹੜਾ ਨਾ ਇੱਕ ਹੋਰ ਮੈਨੂੰ ਲੱਭੀ ਕੰਪਨੀ ਤੇ ਮੈਂ ਉੱਥੇ ਲਗਾ ਕਰਵਾਉਣ। ਠੀਕ ਹੈ, ਐਗਰੀਮੈਂਟ ਜਿਹੜਾ 2 ਮਹੀਨੇ ਬਾਅਦ ਖਤਮ ਹੋ ਰਿਹਾ ਅਤੇ ਕਿਆ ਨਕਲ ਕਫਾਲਾ ਹੋ ਸਕਦਾ? ਜੀ ਬਿਲਕੁਲ ਹੋ ਸਕਦਾ, ਕਿਉਂ ਨਹੀਂ ਹੋਣ ਲੱਗਾ? ਜਿਸ ਹੁਣ ਤਾਂ ਇਹ ਸਿਸਟਮ ਕਰਤਾ ਗਿਆ ਕਿ ਅਗਰ ਜਿਸ ਤੁਹਾਡਾ ਐਗਰੀਮੈਂਟ ਕਿਸੇ ਕੰਪਨੀ ਨਾਲ ਖਤਮ ਹੁੰਦਾ, ਕਿਸੇ ਕਫੀਲ ਨਾਲ ਤੁਹਾਡਾ ਐਗਰੀਮੈਂਟ ਖਤਮ ਹੁੰਦਾ, ਉਸ ਤੋਂ ਬਾਅਦ ਤੁਹਾਨੂੰ ਆਜ਼ਾਦੀ ਹੈ ਕਿ ਤੁਸੀਂ ਜਿੱਥੇ ਚਾਹੋ ਤੁਸੀਂ ਜਾ ਕੇ ਆਪਣਾ ਕੰਮ ਸ਼ੰਮ ਕਰ ਸਕਦੇ ਹੋ, ਤੁਸੀਂ ਨਕਲ ਕਫਾਲਾ ਆਪਣਾ ਕਰਾ ਸਕਦੇ ਹੋ, ਉਹਦੇ 'ਚ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਹੈ। ਪਹਿਲਾਂ ਇਹ ਸੀ ਕਿ ਕਫੀਲ ਕੋਲੋਂ ਉਹਦੀ ਮਰਜ਼ੀ ਪੁੱਛਣੀ ਪੈਂਦੀ ਸੀ, ਹੁਣ ਕਫੀਲ ਕੋਲੋਂ ਨਹੀਂ, ਹੁਣ ਤੁਹਾਡੇ ਕੋਲੋਂ ਜਿਹੜੀ ਗੌਰਮੈਂਟ ਹੈ ਉਹ ਪੁੱਛਦੀ ਹੈ ਕਿ ਤੁਸੀਂ ਇਸ ਕਫੀਲ ਨਾਲ ਰਹਿਣਾ ਚਾਹੁੰਦੇ ਹੋ ਕਿ ਨਹੀਂ ਰਹਿਣਾ ਚਾਹੁੰਦੇ। ਤੁਸੀਂ ਕਹਿੰਦੇ ਹੋ ਕਿ ਠੀਕ ਹੈ ਮੈਂ ਰਹਿਣਾ ਚਾਹੁੰਦਾ ਤਾਂ ਠੀਕ ਹੈ, ਫਿਰ ਤੁਸੀਂ ਉਹਦੇ ਨਾਲ ਹੀ ਕੰਮ ਕਰੋਗੇ। ਅਗਰ ਤੁਸੀਂ ਉੱਥੇ ਕਹਿੰਦੇ ਹੋ ਕਿ ਨਹੀਂ ਮੇਰਾ ਐਗਰੀਮੈਂਟ ਕਲੀਅਰ ਹੋ ਗਿਆ, ਮੇਰਾ ਜਿਹੜਾ ਪਹਿਲਾਂ ਮੇਰਾ ਔਰ ਇਹਦਾ ਇਤਫਾਕ ਸੀ ਉਹ ਖਤਮ ਹੋ ਗਿਆ ਅਤੇ ਮੈਂ ਹੁਣ ਕਿਸੇ ਦੂਜੇ ਕੋਲ ਕੰਮ ਕਰਨਾ ਚਾਹੁੰਦਾ, ਤਾਂ ਬਿਲਕੁਲ ਤੁਸੀਂ ਕਿਸੇ ਦੂਜੇ ਕੋਲ ਜਾ ਕੇ ਕੰਮ ਕਰ ਸਕਦੇ ਹੋ ਜਿਸਸੇ ਤੁਹਾਡਾ ਐਗਰੀਮੈਂਟ ਖਤਮ ਹੋ ਜਾਏ। ਠੀਕ ਹੈ ਜੀ, ਇਨਸ਼ਾਅੱਲਾ ਜ਼ਿੰਦਗੀ ਵਫਾ ਕੀਤੀ ਕਿ ਨਵੇਂ ਵੀਡੀਓ ਨਾਲ ਫਿਰ ਮਿਲਾਂਗੇ। ਅੱਲਾ ਹਾਫਿਜ਼।